ਜਿਹੜਾ ਕੰਮ ਪਾਰਲੀਮੈਂਟ ਦੇ ਮੈਂਬਰ ਦਾ ਹੈਗਾ ਸੀ ਉਹਦੇ 'ਚ ਭਗਵੰਤ ਮਾਨ ਜ਼ੀਰੋ ਹੈ, ਉਹਦੇ 'ਚ ਭਗਵੰਤ ਮਾਨ ਦੀ ਜਿਹੜੀ ਪਰਫੋਰਮੈਂਸ ਹੈ ਉਹ ਕੁਛ ਨਹੀਂ ਹੈ। ਇਹ ਦੇਖੋ 25 ਕਰੋੜ ਰੁਪਈਆ ਤਾਂ ਮਤਲਬ ਖਰਚ ਦੇਣਾ ਇਹ ਕੋਈ ਬਾਹਲੀ ਵੱਡੀ ਗੱਲ ਨਹੀਂ ਹੈ। 25 ਕਰੋੜ ਰੁਪਈਆ ਉਹਨੇ ਖਰਚਿਆ, 16 ਕਰੋੜ 8 ਲੱਖ ਰੁਪਈਆ ਅਸੀਂ ਹਲਕੇ ਬਰਨਾਲੇ ਦੀਆਂ ਇਕੱਲੀਆਂ ਪਹੀਆਂ ਪੱਕੀਆਂ ਕਰਨ ਨੂੰ ਦਿੱਤਾ ਹੈ ਅਕਾਲੀ ਦਲ ਨੇ। ਦੇਖੋ ਇਹਨਾਂ ਦੀ ਜਿਹੜੀ ਕਾਂਗਰਸ ਦੀ ਪ੍ਰਵਿਰਤੀ ਹੈ ਉਹ ਰਾਜਾ ਪ੍ਰਵਿਰਤੀ ਹੈ। ਉਹਨਾਂ ਨੇ 10 ਵਜੇ ਉੱਠਣਾ ਹੈ, 11 ਵਜੇ ਤੱਕ ਉਹਨਾਂ ਦੀ ਜਿਹੜੀ ਆਪਦੀ ਤਿਆਰੀ ਪ੍ਰਤਿਆਰੀ ਹੁੰਦੀ ਹੈ, 12-1 ਵਜੇ ਨਿਕਲਦੇ ਨੇ, 1-2 ਵਜੇ ਨੂੰ ਉਹਨਾਂ ਨੇ ਫਿਰ ਆਪਣੇ ਮਹਿਲਾਂ 'ਚ ਜਾਣਾ ਹੁੰਦਾ। ਔਰ ਪਰ ਫਿਰ ਇਸ ਵਾਰ ਇਹਨਾਂ ਨੇ ਬੜਾ ਵੱਡਾ ਜਿਹੜਾ ਝੂਠ ਬੋਲ ਕੇ ਇਹ ਰਾਜ ਲਿਆਂਦਾ, ਇਸ ਤੋਂ ਬਾਅਦ ਇਹ ਤਰਸਣਗੇ, ਇਹਨਾਂ ਦਾ ਕਦੇ ਰਾਜ ਨਹੀਂ ਆਊਗਾ। ਮੈਂ ਸਮਝਦਾ ਵੀ ਜਿਹੜਾ ਸਭ ਤੋਂ ਅੱਜ ਨੰਬਰ 1 ਕੈਂਡੀਡੇਟ ਹੈ ਜਿਹਨੂੰ ਮੈਨੂੰ ਲੱਗਦਾ ਵੀ ਜੇ ਕਿਤੇ ਅਸੀਂ ਕਿਸੇ ਨਾਲ ਕੰਪੇਅਰ ਕਰਨਾ ਹੋਵੇ ਤਾਂ ਸਭ ਤੋਂ ਵਧੀਆ ਪੰਜਾਬ ਦੇ ਵਿੱਚੋਂ ਅਕਾਲੀ ਦਲ ਦੇ ਕੈਂਡੀਡੇਟ ਨਹੀਂ ਅਸੀਂ ਕਹਿ ਸਕਦੇ। ਮੈਨੂੰ ਲੱਗਦਾ ਵੀ ਪੰਜਾਬ 'ਚੋਂ ਨੰਬਰ 1 ਤੇ ਕੈਂਡੀਡੇਟ ਨੇ ਜਿਹੜੇ ਉਹ ਸਰਦਾਰ ਪਰਮਿੰਦਰ ਸਿੰਘ ਢੀਂਡਸਾ ਨੇ। ਮੱਕੜ ਸਿੰਘ ਧਨੌਲਾ ਜੀ, ਤੁਸੀਂ ਅੱਜ ਧਨੌਲੇ ਸ਼ਹਿਰ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਵੱਲੋਂ ਉਤਾਰੇ ਗਏ ਸਰਦਾਰ ਪਰਮਿੰਦਰ ਸਿੰਘ ਢੀਂਡਸਾ ਦਾ ਦਫ਼ਤਰ ਖੋਲ੍ਹਿਆ, ਤੁਸੀਂ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਜੀ? ਜਿਹੜਾ ਸਰਦਾਰ ਪਰਮਿੰਦਰ ਸਿੰਘ ਢੀਂਡਸਾ ਸਾਹਿਬ ਦਾ ਦਫ਼ਤਰ ਹੈ ਅੱਜ ਉਹ ਸ਼੍ਰੋਮਣੀ ਅਕਾਲੀ ਦਲ ਨੇ ਬੇਸ਼ੱਕ ਰਸਮੀ ਤੌਰ 'ਤੇ ਖੋਲ੍ਹਿਆ ਹੈ, ਪਰ ਜਿਹੜਾ ਕੰਮ ਹੈ ਸ਼੍ਰੋਮਣੀ ਅਕਾਲੀ ਦਲ ਲਈ ਉਹ ਸਦਾ ਜਿਹੜੇ ਵਰਕਰ ਨੇ, ਜਿਹੜੇ ਸਾਡੇ ਵਰਗੇ ਮਤਲਬ ਨਿਮਾਣੇ ਅਕਾਲੀ ਦਲ ਦੇ ਵਰਕਰ ਨੇ, ਉਹ ਬੜੇ ਜ਼ੋਰ ਸ਼ੋਰ ਨਾਲ ਹਰ ਸਮੇਂ ਕਰਦੇ ਰਹਿੰਦੇ ਨੇ। ਕੋਈ ਇਹ ਨਹੀਂ ਵੀ ਅਕਾਲੀ ਦਲ ਦੇ ਵਰਕਰ ਅੱਜ ਤੋਂ ਕੰਮ ਕਰਨਗੇ, ਉਹ ਪਹਿਲਾਂ ਤੋਂ ਲਗਾਤਾਰ ਹੀ ਉਹਨਾਂ ਦਾ ਕੰਟੀਨਿਊ ਵਰਕ ਜਿਹੜਾ ਹੈਗਾ ਅਕਾਲੀ ਦਲ ਦਾ ਉਹ ਕਰਦੇ ਹੀ ਰਹਿੰਦੇ ਨੇ। ਅੱਜ ਜਿਹੜਾ ਦਫ਼ਤਰ ਖੋਲ੍ਹਿਆ ਉਹਦੇ ਲਈ ਜਿੰਨੇ ਸਾਡੇ ਸਾਰੇ ਲੀਡਰ ਸਾਹਿਬਾਨ ਸੀ, ਪਰਮਿੰਦਰ ਜੀ ਦੇ ਜਿਹੜੇ ਮਤਲਬ ਸਹੁਰਾ ਸਾਹਿਬ ਨੇ ਸੰਧੂ ਸਾਹਿਬ, ਉਹਨਾਂ ਨੇ ਆ ਕੇ ਦਫ਼ਤਰ ਦੀ ਓਪਨਿੰਗ ਕੀਤੀ ਹੈ, ਇੱਥੋਂ ਦੇ ਸਾਰੀ ਸਮੁੱਚੀ ਲੀਡਰਸ਼ਿਪ ਨੇ ਓਪਨਿੰਗ ਕੀਤੀ ਹੈ। ਉਹਦੇ ਲਈ ਜਿਹੜੀ ਆਉਣ ਵਾਲਾ ਟਾਈਮ ਹੈ ਉਹ ਅਸੀਂ ਹੋਰ ਜ਼ੋਰ ਸ਼ੋਰ ਨਾਲ ਕੰਮ ਕਰਕੇ ਸਰਦਾਰ ਪਰਮਿੰਦਰ ਸਿੰਘ ਢੀਂਡਸਾ ਸਾਹਿਬ ਨੂੰ ਪਾਰਲੀਮੈਂਟ ਦੇ ਵਿੱਚ ਭੇਜਾਂਗੇ। ਤੁਸੀਂ ਅਕਾਲੀ ਦਲ ਦੇ ਸਰਕਲ ਪ੍ਰਧਾਨ ਵੀ ਰਹੇ ਹੋ ਸਾਬਕਾ ਜੀ, ਅਤੇ ਤੁਸੀਂ ਜੁਝਾਰੂ ਵਰਕਰ ਵੀ ਹੋ, ਲੀਡਰ ਵੀ ਹੋ, ਨਿਰਧੜਕ ਵੀ ਹੋ, ਤੁਸੀਂ ਪਿੰਡਾਂ ਪਿੰਡਾਂ ਸ਼ਹਿਰਾਂ ਸ਼ਹਿਰਾਂ ਜਾ ਕੇ ਚੋਣ ਪ੍ਰਚਾਰ ਦਾ ਕਰ ਰਹੇ ਹੋ, ਤੁਹਾਨੂੰ ਕਿਹੋ ਤਰ੍ਹਾਂ ਹੰਗੂਰਾ ਮਿਲ ਰਿਹਾ ਜੀ? ਦੇਖੋ ਜਿਹੜੇ ਜੇ ਮਤਲਬ ਮੈਂ ਸਮਝਦਾ ਵੀ ਜਿਹੜਾ ਸਭ ਤੋਂ ਅੱਜ ਨੰਬਰ 1 ਕੈਂਡੀਡੇਟ ਹੈ ਜਿਹਨੂੰ ਮੈਨੂੰ ਲੱਗਦਾ ਵੀ ਜੇ ਕਿਤੇ ਅਸੀਂ ਕਿਸੇ ਨਾਲ ਕੰਪੇਅਰ ਕਰਨਾ ਹੋਵੇ ਤਾਂ ਸਭ ਤੋਂ ਵਧੀਆ ਪੰਜਾਬ ਦੇ ਵਿੱਚੋਂ ਅਕਾਲੀ ਦਲ ਦੇ ਕੈਂਡੀਡੇਟ ਨਹੀਂ ਅਸੀਂ ਕਹਿ ਸਕਦੇ। ਮੈਨੂੰ ਲੱਗਦਾ ਵੀ ਪੰਜਾਬ 'ਚੋਂ ਨੰਬਰ 1 ਤੇ ਕੈਂਡੀਡੇਟ ਨੇ ਜਿਹੜੇ ਉਹ ਸਰਦਾਰ ਪਰਮਿੰਦਰ ਸਿੰਘ ਢੀਂਡਸਾ ਨੇ। ਢੀਂਡਸਾ ਪਰਿਵਾਰ ਦੀਆਂ ਬੜੀਆਂ ਸੇਵਾਵਾਂ ਨੇ ਮਤਲਬ ਪੂਰੇ ਅਕਾਲੀ ਦਲ ਲਈ, ਪੂਰੇ ਪੰਜਾਬ ਲਈ, ਉਸ ਕਰਕੇ ਪਰਮਿੰਦਰ ਸਿੰਘ ਢੀਂਡਸਾ ਜਾਂ ਢੀਂਡਸਾ ਪਰਿਵਾਰ 'ਤੇ ਕਿਸੇ ਕਿਸਮ ਦਾ ਕੋਈ ਦਾਗ ਜਾਂ ਧੱਬਾ ਕੋਈ ਇੱਕ ਵੀ ਕੋਈ ਲਾ ਨਹੀਂ ਸਕਦਾ। ਇਸ ਕਰਕੇ ਸਾਨੂੰ ਤਾਂ ਸਾਡੇ ਵੱਡੇ ਭਾਗ ਨੇ ਸਰਦਾਰ ਪਰਮਿੰਦਰ ਸਿੰਘ ਢੀਂਡਸਾ ਵਰਗੇ ਜਿਹੜੇ ਸਾਨੂੰ ਕੈਂਡੀਡੇਟ ਨੇ ਉਹ ਮਿਲੇ ਨੇ। ਤੁਹਾਨੂੰ ਲੱਗਦਾ ਜੀ ਪਰਮਿੰਦਰ ਸਿੰਘ ਢੀਂਡਸਾ ਇੱਕ ਯੂਥ ਨੇ, ਤੁਹਾਡੀਆਂ ਮੰਗਾਂ 'ਤੇ ਖਰੇ ਉਤਰਨਗੇ ਜੀ? ਦੇਖੋ ਢੀਂਡਸਾ ਸਾਹਿਬ ਤਾਂ ਅੱਜ ਤੋਂ ਪਹਿਲਾਂ 5 ਵਾਰ ਉਹ MLA ਰਹੇ ਨੇ ਅਤੇ 2 ਵਾਰ ਉਹ ਮੰਤਰੀ ਰਹੇ ਨੇ। ਮੈਨੂੰ ਨਹੀਂ ਮਹਿਸੂਸ ਹੁੰਦਾ ਵੀ ਉਹਨਾਂ ਨੇ ਕਦੇ ਆਪਦੇ ਆਪ 'ਚ ਇਹ ਫੀਲ ਕੀਤਾ ਵੀ ਅਸੀਂ ਮੰਤਰੀ ਹਾਂ ਜਾਂ ਕੋਈ MLA ਹਾਂ ਜਾਂ ਕੋਈ ਲੀਡਰ ਵੱਡੇ ਹਾਂ। ਵੀ ਢੀਂਡਸਾ ਸਾਹਿਬ ਨੇ ਹਰ ਮਤਲਬ ਬਜ਼ੁਰਗਾਂ ਦੇ, ਆਪ ਤੋਂ ਵੱਡੇ ਛੋਟੇ ਦਾ ਬਣਦਾ ਮਾਣ ਸਨਮਾਨ ਹਰ ਇਨਸਾਨ ਨੂੰ ਦਿੱਤਾ। ਆਉਣ ਵਾਲੇ ਟਾਈਮ 'ਚ ਜੇ ਪਰਮਿੰਦਰ ਜੀ, ਮੈਨੂੰ ਮਹਿਸੂਸ ਹੁੰਦਾ ਵੀ ਜਿਸ ਐਡੀ ਵੱਡੀ ਲੀਡ ਨਾਲ ਜਿੱਤਣਗੇ ਵੀ ਪਾਰਲੀਮੈਂਟ ਦੇ ਵਿੱਚ ਜਾਂ ਮੈਂਬਰ ਵੀ ਬਣਨਗੇ ਔਰ ਕੇਂਦਰ ਦੇ ਵਿੱਚ ਵਜ਼ੀਰ ਵੀ ਹੋਣਗੇ। ਸੁਖਦੇਵ ਸਿੰਘ ਢੀਂਡਸਾ ਅਕਾਲੀ ਦਲ ਤੋਂ ਕੁਝ ਦੂਰ ਨੇ,
ਚਲੋ ਉਹਨਾਂ ਦੇ ਆਪਦੇ ਕੋਈ ਪਰਸਨਲ ਹੋਣਗੇ, ਤੁਸੀਂ ਇਹਨਾਂ ਬਾਰੇ ਕੀ ਕਹਿਣਾ ਚਾਹੁੰਦੇ ਹੋ ਕਿ ਚੋਣ ਕੰਪੇਨ ਦੇ ਵਿੱਚ ਉਹਨਾਂ ਦਾ ਕਿੰਨਾ ਕੁ ਅਸਰ ਪੈ ਰਿਹਾ ਜੀ? ਨਹੀਂ, ਕੋਈ ਢੀਂਡਸਾ ਸਾਹਿਬ ਕੋਈ ਦੂਰ ਨਹੀਂ ਹੈਗੇ, ਅਕਾਲੀ ਦਲ ਦੇ ਵਿੱਚ ਨੇ। ਢੀਂਡਸਾ ਸਾਹਿਬ ਨੇ ਆਪਦੀਆਂ ਜਿੰਨੀ ਵੀ ਇਹ ਉਹ ਸਾਰੀ ਚਿੱਠੀ ਜਿਹੜੀ ਲਿਖੀ ਸੀਗੀ ਅਕਾਲੀ ਦਲ ਦੇ ਪ੍ਰਧਾਨ ਸਾਹਿਬ ਨੂੰ, ਉਹਦੇ 'ਚ ਉਹਨਾਂ ਨੇ ਬਿਲਕੁਲ ਦੱਸਿਆ ਵੀ ਮੈਂ, ਮੇਰੀ ਸਿਹਤ ਜਿਹੜੀ ਹੈਗੀ ਆ ਉਹ ਅਲਾਓ ਨਹੀਂ ਕਰਦੀ, ਇਸ ਕਰਕੇ ਮੈਂ ਕੋਈ ਅਕਾਲੀ ਦਲ ਤੋਂ ਅਸਤੀਫਾ ਨਹੀਂ ਉਹਨਾਂ ਨੇ ਦਿੱਤਾ, ਆਪਦੇ ਅਹੁਦਿਆਂ ਤੋਂ ਅਸਤੀਫਾ ਉਹਨਾਂ ਨੇ ਜਿਹੜਾ ਅਕਾਲੀ ਦਲਦਿਆਂ ਤੋਂ ਦਿੱਤਾ ਸੀਗਾ। ਪਰ ਢੀਂਡਸਾ ਸਾਹਿਬ ਅੱਜ ਵੀ ਅਕਾਲੀ ਨੇ, ਉਹਨਾਂ ਦਾ ਤਾਂ ਉਹ ਤਾਂ ਸਦਾ ਹੀ ਅਕਾਲੀ ਨੇ, ਉਹਨਾਂ ਦੇ ਦਿਸ਼ਾ ਨਿਰਦੇਸ਼ਾਂ 'ਤੇ ਸਾਰੀ ਪਾਰਟੀ ਚੱਲਦੀ ਹੈ, ਸਾਰੇ ਅਸੀਂ ਵਰਕਰ ਉਹਨਾਂ ਦੇ ਦਿਸ਼ਾ ਨਿਰਦੇਸ਼ 'ਤੇ ਚੱਲਦੇ ਹਾਂ, ਉਹ ਸਦਾ ਸਾਡੇ ਨਾਲ ਹਾਜ਼ਰ ਨੇ। ਭਗਵੰਤ ਮਾਨ ਕਹਿ ਰਿਹਾ ਹੈ ਕਿ ਮੈਂ 25 ਤੋਂ 25 ਕਰੋੜ ਰੁਪਇਆ ਸੰਗਰੂਰ ਹਲਕੇ ਦੇ ਲਈ ਲਾਇਆ, ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਨਹੀਂ ਦੇਖੋ, 25 ਕਰੋੜ ਰੁਪਇਆ ਤਾਂ ਮਤਲਬ ਖਰਚ ਦੇਣਾ ਇਹ ਕੋਈ ਬਾਹਲੀ ਵੱਡੀ ਗੱਲ ਨਹੀਂ ਹੈ। 25 ਕਰੋੜ ਰੁਪਇਆ ਉਹਨੇ ਖਰਚੇ, 16 ਕਰੋੜ 8 ਲੱਖ ਰੁਪਇਆ ਅਸੀਂ ਹਲਕੇ ਬਰਨਾਲੇ ਦੀਆਂ ਇਕੱਲੀਆਂ ਪਹੀਆਂ ਪੱਕੀਆਂ ਕਰਨ ਨੂੰ ਦਿੱਤਾ ਹੈ ਅਕਾਲੀ ਦਲ ਨੇ। 16 ਕਰੋੜ 8 ਲੱਖ ਰੁਪਏ ਦੀਆਂ ਅਸੀਂ ਪਹੀਆਂ ਪੱਕੀਆਂ ਕਰਾਈਆਂ ਨੇ, 200 ਕਰੋੜ ਰੁਪਇਆ ਬਰਨਾਲੇ 'ਚ ਲਾਇਆ, ਸਾਰੇ ਰੋਡ ਬਣਾਏ ਨੇ। ਜਿਹੜੀ ਨੁਹਾਰ ਹੈ ਧਨੌਲੇ ਦਾ ਅੱਜ ਬਾਜ਼ਾਰ ਦੇਖੋ, ਜਿਹਦੇ 'ਚ 2 ਕਰੋੜ ਰੁਪਇਆ ਇਕੱਲਾ ਲਾ ਕੇ ਅਸੀਂ 1 ਕਰੋੜ 65 ਲੱਖ ਰੁਪਏ ਨਾਲ ਪੱਕਾ ਕੀਤਾ ਹੈ। ਅਤੇ ਇਸ ਤਰ੍ਹਾਂ ਦੇ ਕੰਮ ਤਾਂ ਜੇ ਅਸੀਂ ਗਿਣਾਉਣੇ ਹੁਣ ਬਹੁਤ ਕੰਮ ਕੀਤੇ ਨੇ। ਜਿਹੜਾ ਕੰਮ ਪਾਰਲੀਮੈਂਟ ਦੇ ਮੈਂਬਰ ਦਾ ਹੈਗਾ ਸੀ, ਉਹਦੇ 'ਚ ਭਗਵੰਤ ਮਾਨ 0 ਹੈ, ਉਹਦੇ 'ਚ ਭਗਵੰਤ ਮਾਨ ਦੀ ਜਿਹੜੀ ਪਰਫੋਰਮੈਂਸ ਹੈ ਉਹ ਕੁਛ ਨਹੀਂ ਹੈ। 2 ਸਾਲ ਦੇ ਕਾਂਗਰਸ ਦੇ ਰਾਜ ਲਈ, ਜੋ 2 ਸਾਲ ਕਾਂਗਰਸ ਦਾ ਰਾਜ ਸੀਗਾ, ਤੁਸੀਂ ਕਿਸ ਨਿਗਾਹ ਨਾਲ ਦੇਖ ਰਹੇ ਹੋ? ਦੇਖੋ, ਕਾਂਗਰਸ ਦਾ ਜਿਹੜਾ ਰਾਜ ਹੈਗਾ, ਕਾਂਗਰਸ ਦੇ ਰਾਜ ਤਾਂ ਝੂਠ ਬੋਲ ਕੇ ਲਿਆਂਦਾ ਹੋਇਆ ਰਾਜ ਹੈ, ਬਿਲਕੁਲ ਨਿਰਾਧਾਰ ਇਹ ਇਹਨਾਂ ਦੀਆਂ ਸਾਰੀਆਂ ਗੱਲਾਂ ਉਹ ਸਾਬਤ ਹੋਈਆਂ ਨੇ। ਜਿੰਨੀਆਂ ਗੁਟਕਾ ਸਾਹਿਬ ਦੀ ਸਹੁੰ ਖਾ ਕੇ ਲੋਕਾਂ ਨੂੰ ਬਰਗਲਾ ਕੇ, ਲੋਕਾਂ ਨੂੰ ਚੀਨੀ ਦੇਣ ਦੀਆਂ, ਚਾਹ ਪੱਤੀ ਦੇਣ ਦੀਆਂ ਗੱਲਾਂ ਕਰਕੇ ਜਿਹੜੀ ਆ ਇਹਨਾਂ ਨੇ ਰਾਜ ਲੈ ਕੇ ਆਉਂਦਾ, ਉਹ ਰਾਜ ਅੱਜ ਬਿਲਕੁਲ ਫੇਲ ਸਾਬਤ ਹੋਇਆ। ਉਹਦਾ ਖਮਿਆਜ਼ਾ ਇਹਨਾਂ ਨੂੰ 23 ਤਰੀਕ ਨੂੰ ਇਹਨਾਂ ਦੇ ਸਪਸ਼ਟ ਸਾਹਮਣੇ ਆਜੂਗਾ। ਅਕਾਲੀ ਦਲ ਦੇ 10 ਸਾਲ ਦੇ ਰਾਜ ਨੂੰ ਲੋਕ ਯਾਦ ਕਰ ਰਹੇ ਨੇ, ਕਿਉਂ ਯਾਦ ਕਰ ਰਹੇ ਨੇ ਜੀ? ਦੇਖੋ, ਅਕਾਲੀ ਦਲ ਦੇ ਰਾਜ ਨੂੰ ਤਾਂ ਲੋਕਾਂ ਨੇ ਯਾਦ ਕਰਨੀ ਹੈ, ਲੋਕ ਅਕਾਲੀ ਦਲ ਨੂੰ ਅੱਜ ਯਾਦ ਅੱਜ ਹੀ ਨਹੀਂ ਕਰਦੇ। ਅਕਾਲੀ ਦਲ 97-98 ਸਾਲ ਪੁਰਾਣੀ ਪਾਰਟੀ ਹੈ। ਅਕਾਲੀ ਸ਼ਬਦ ਦੇ ਅਰਥ ਜਿਹੜੇ ਲੋਕਾਂ ਨੂੰ ਨਹੀਂ ਪਤਾ, ਉਹ ਜ਼ਰੂਰ ਅਕਾਲੀ ਦਲ ਦਾ ਵਿਰੋਧ ਕਰ ਸਕਦੇ ਨੇ, ਪਰ ਦੇਖੋ, ਜਿਨ੍ਹਾਂ ਨੂੰ ਅਕਾਲੀ ਸ਼ਬਦ ਦੇ ਅਰਥ ਪਤਾ ਹੈ, ਅਕਾਲੀ ਦਲ ਬਾਰੇ ਪਤਾ ਹੈ, ਅਕਾਲੀ ਦਲ ਸਿਧਾਂਤਾਂ 'ਤੇ ਟਿਕੀ ਹੋਈ ਪਾਰਟੀ ਹੈ, ਨਾ ਕਿ ਸੱਤਾ 'ਤੇ ਟਿਕੀ ਹੋਈ ਪਾਰਟੀ ਹੈ, ਔਰ ਉਸ ਕਰਕੇ ਵੀ ਲੋਕ ਉਹਦਾ ਸਤਿਕਾਰ ਕਰਦੇ ਨੇ। ਅਕਾਲੀ ਦਲ ਵਿਕਾਸ ਦੇ ਨਾਂ 'ਤੇ ਵੋਟ ਮੰਗਦੀ ਹੈ, ਜਿਹੜੀ ਕਾਂਗਰਸ ਹੈ ਉਹ ਵਿਨਾਸ਼ ਦੇ ਨਾਂ 'ਤੇ ਵੋਟ ਮੰਗਦੀ ਹੈ। ਇਸ ਕਰਕੇ ਅਕਾਲੀ ਦਲ ਦਾ ਅਤੇ ਕਾਂਗਰਸ ਦਾ ਜਾਂ ਦੂਜੀਆਂ ਤੀਜੀਆਂ ABC ਜਿਹੜੀਆਂ ਫਿਰਦੀਆਂ ਨੇ, ਉਹਨਾਂ ਦਾ ਜਿਹੜਾ ਕੋਈ ਆਧਾਰ ਅੱਜ ਸਮਾਜ ਦੇ ਵਿੱਚ ਨਹੀਂ ਹੈ। ਪਰਵਿੰਦਰ ਸਿੰਘ ਢੀਂਡਸਾ ਦੇ ਚੋਣ ਪ੍ਰਚਾਰ ਦੇ ਲਈ ਤੁਸੀਂ ਕੀ ਰਣਨੀਤੀ ਤੈਅ ਕੀਤੀ ਜੀ? ਸਾਡੀ ਅੱਜ ਵੀ ਇਸ ਸੰਬੰਧ 'ਚ ਮੀਟਿੰਗ ਸੀਗੀ ਸਰਕਲ ਧਨੌਲੇ ਦੀ, ਸ਼ਹਿਰ ਧਨੌਲੇ ਦੀ। ਆਉਣ ਵਾਲੇ ਦਿਨਾਂ 'ਚ ਜਿਹੜੀ ਸਾਡੀ ਮੁਹਿੰਮ ਹੈ ਉਹਦੀ ਉਹ ਪੂਰੀ ਸਿਖਰਾਂ 'ਤੇ ਹੋਊਗੀ। ਜਿਹੜੇ ਸਾਡੇ ਵਿਰੋਧੀ ਕੈਂਡੀਡੇਟ ਨੇ ਉਹਨਾਂ ਦੇ ਅਸੀਂ ਛੱਕੇ ਛੜਾ ਦੇਵਾਂਗੇ। ਜਿਹੜੇ ਪਾਰਲੀਮੈਂਟ ਦੇ ਵਿੱਚ ਸਰਦਾਰ ਪਰਮਿੰਦਰ ਸਿੰਘ ਢੀਂਡਸਾ ਇੰਨੇ ਵਧੀਆ ਤਰੀਕੇ ਨਾਲ ਅਸੀਂ ਇੰਨੀ ਵਧੀਆ ਵੋਟ 'ਤੇ ਭੇਜਾਂਗੇ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਕੋਈ ਇਸ ਤਰ੍ਹਾਂ ਦੇ ਕੈਂਡੀਡੇਟ ਨੇ ਉਹ ਦੁਬਾਰੇ ਸੰਗਰੂਰ ਵੱਲ ਜਿਹੜਾ ਆਪਦਾ ਮੂੰਹ ਨਹੀਂ ਕਰਨਗੇ। ਰਣਨੀਤੀ ਇੰਨੀ ਵਧੀਆ, ਵਰਕਰਾਂ ਦੇ ਵਿੱਚ ਇੰਨਾ ਜੋਸ਼ ਹੈ ਵੀ ਉਹ ਸਰਦਾਰ ਪਰਮਿੰਦਰ ਸਿੰਘ ਢੀਂਡਸਾ ਨੂੰ ਬੜਾ ਜਲਦੀ 23 ਤਰੀਕ ਨੂੰ ਪਾਰਲੀਮੈਂਟ ਦਾ ਮੈਂਬਰ ਦੇਖਣਾ ਚਾਹੁੰਦੇ ਨੇ। ਕਿ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਕੋਈ ਵੱਡੀਆਂ ਵੀ ਰੈਲੀਆਂ ਕਰ ਸਕਦੇ ਹੋ? ਹਾਂ, ਆਉਣ ਵਾਲੇ ਸਮੇਂ 'ਚ ਰਾਜਨਾਥ ਸਿੰਘ ਜੀ ਇੱਥੇ ਆ ਰਹੇ ਨੇ ਅਤੇ ਮੋਦੀ ਸਾਹਿਬ ਆ ਰਹੇ ਨੇ, ਅਤੇ ਉਸ ਤੋਂ ਇਲਾਵਾ ਜਿਹੜੀਆਂ ਇੱਥੋਂ ਦੇ ਲੋਕਲ ਲੀਡਰ ਸਾਹਿਬਾਨ ਦੀਆਂ ਜਾਂ ਸੁਖਬੀਰ ਜੀ ਦਾ ਕੋਈ ਪ੍ਰੋਗਰਾਮ ਬਣਦਾ ਹੈ ਉਹ ਆਉਣ ਵਾਲੇ ਸਮੇਂ 'ਚ ਦੱਸਾਂਗੇ। ਹਲੇ ਸਾਨੂੰ ਜਿਹੜੀ ਇਨਫੋਰਮੇਸ਼ਨ ਹੈ ਉਹ ਰਾਜਨਾਥ ਸਿੰਘ ਜੀ ਦੀ ਹੈ ਜਾਂ ਮੋਦੀ ਸਾਹਿਬ ਦੀ ਹੈ। ਤੁਸੀਂ ਕੋਈ ਅਕਾਲੀ ਦਲ ਦੇ ਵੋਟਰਾਂ ਨੂੰ, ਸਪੋਰਟਰਾਂ ਨੂੰ ਤੁਸੀਂ ਪਰਵਿੰਦਰ ਸਿੰਘ ਢੀਂਡਸਾ ਦੇ ਲਈ ਕੀ ਮੈਸੇਜ ਦੇਣਾ ਚਾਹੁੰਦੇ ਹੋ ਜੀ? ਦੇਖੋ, ਅਕਾਲੀ ਦਲ ਦੇ ਵੋਟਰਾਂ ਸਪੋਰਟਰਾਂ ਨੂੰ ਤਾਂ ਜਿਹੜਾ ਮੈਸੇਜ ਹੈ, ਅਕਾਲੀ ਦਲ ਦੇ ਵੋਟਰ ਸਪੋਰਟਰ ਤਾਂ ਇੰਨੇ ਜੋਸ਼ ਨਾਲ ਲੱਗੇ ਹੋਏ ਨੇ, ਸਾਰਿਆਂ ਨੂੰ ਇਹ ਮਹਿਸੂਸ ਹੁੰਦਾ ਮੈਂ ਪਰਮਿੰਦਰ ਸਿੰਘ ਢੀਂਡਸਾ, ਸਾਰਿਆਂ ਨੂੰ ਇਹ ਮਹਿਸੂਸ ਹੁੰਦਾ ਮੈਂ ਅਕਾਲੀ ਦਲ ਦਾ ਬੜਾ ਤਕੜਾ ਲੀਡਰ ਹਾਂ, ਔਰ ਸਾਰੇ ਵੋਟਰ ਸਪੋਰਟਰ ਜੋਸ਼ ਅਤੇ ਖਰੋਸ਼ ਨਾਲ ਲੱਗੇ ਹੋਏ ਨੇ।
ਜਿਹੜਿਆਂ ਦੀ ਜਿਹੜੇ ਆਮ ਜਿਹੜੀ ਪਬਲਿਕ ਹੈਗੀ ਹੈ, ਜਿਹੜੇ ਆਮ ਲੋਕ ਹੈਗੇ ਨੇ, ਉਹਨਾਂ ਦੇ ਵਿੱਚ ਸਰਦਾਰ ਪਰਮਿੰਦਰ ਸਿੰਘ ਢੀਂਡਸਾ ਵਾਸਤੇ ਇੱਕ ਉਹਨਾਂ ਦੇ ਮਨਾਂ ਦੇ ਵਿੱਚ ਵਿਸ਼ੇਸ਼ ਸਥਾਨ ਹੈ। ਸਰਦਾਰ ਪਰਮਿੰਦਰ ਸਿੰਘ ਢੀਂਡਸਾ ਦੀ ਛਵੀ ਅਤੇ ਉਹਨਾਂ ਦਾ ਸਤਿਕਾਰ ਜਿਹੜਾ ਆਮ ਲੋਕਾਂ ਦੇ ਮਨਾਂ ਦੇ ਵਿੱਚ ਹੈ, ਉਹਦੇ ਤੋਂ ਸਾਨੂੰ ਮਤਲਬ ਇੰਨਾ ਮਾਣ ਮਹਿਸੂਸ ਹੁੰਦਾ, ਜਾ ਕੇ ਜਦੋਂ ਕਿਸੇ ਕੋਲ ਵੋਟ ਮੰਗਦੇ ਹਾਂ ਤਾਂ ਸਾਨੂੰ ਲੋਕ ਹੱਥ ਬੰਨ ਕੇ ਕਹਿੰਦੇ ਨੇ ਅਸੀਂ ਸਰਦਾਰ ਪਰਮਿੰਦਰ ਸਿੰਘ ਢੀਂਡਸਾ ਦੇ ਨਾਲ ਹਾਂ, ਅਕਾਲੀ ਦਲ ਦੇ ਨਾਲ ਹਾਂ। ਤੁਹਾਡਾ ਕੈਂਡੀਡੇਟ ਜਿਹੜਾ ਹੈਗਾ, ਅਕਾਲੀ ਦਲ ਦਾ ਕੈਂਡੀਡੇਟ ਆਪਣਾ ਜਿਹੜਾ ਹੈਗਾ, ਉਹ ਬਹੁਤ ਸਾਫ਼ ਸੁਥਰੀ ਛਵੀ ਦਾ ਮਾਲਕ ਹੈ। ਮੱਖਣ ਦਲ ਲਈ ਲਾਸਟ ਸਵਾਲ ਜੀ, ਤੁਸੀਂ ਪਰਮਿੰਦਰ ਸਿੰਘ ਢੀਂਡਸਾ ਦੇ ਤੁਸੀਂ ਰਨਿੰਗ ਦੇ ਵਿੱਚ ਕਿਹਨੂੰ ਮੁੱਖ ਮੁਕਾਬਲਾ ਕਿਹਨੂੰ ਮੰਨਦੇ ਹੋ ਜੀ? ਦੇਖੋ, ਮੈਨੂੰ ਤਾਂ ਅੱਜ ਕੋਈ ਮੁਕਾਬਲਾ ਹੀ ਨਹੀਂ ਲੱਗਦਾ। ਜਿਹੜਾ ਅਕਾਲੀ ਦਲ ਦਾ ਮੁਕਾਬਲਾ ਹੈ ਉਹਨੂੰ ਅਸੀਂ ਕਿਹਦੇ ਨਾਲ ਗਿਣੀਏ? ਭਾਵੇਂ ਕੋਈ ਕੁਛ ਵੀ ਕਹੀ ਜਾਵੇ, ਮੁਕਾਬਲਾ ਤਾਂ ਵੈਸੇ ਕਿਸੇ ਦਾ ਕਿਸੇ ਨਾਲ ਅਸੀਂ ਤਾਂ ਨਹੀਂ ਗਿਣ ਸਕਦੇ, ਕਿਉਂਕਿ ਮੁਕਾਬਲਾ ਸਾਰਾ ਲੋਕਾਂ ਨੇ ਦਰਸਾਉਣਾ। ਲੋਕਾਂ ਨੇ ਆਉਣ ਵਾਲੀ 19 ਤਰੀਕ ਨੂੰ 23 ਤਰੀਕ ਨੂੰ ਇਹ ਗੱਲ ਦੱਸ ਦੇਣੀ ਹੈ, ਤੁਹਾਡਾ ਮੁਕਾਬਲਾ ਕਿਹਦੇ ਨਾਲ ਸੀ। ਮੁਕਾਬਲਾ ਲੋਕਾਂ ਨੇ ਦੱਸਣਾ, ਲੋਕਾਂ ਦੀ ਜਿੱਤ ਹੋਣੀ ਹੈ, ਔਰ ਲੋਕਾਂ ਦੇ ਲੀਡਰ ਨੇ ਸਰਦਾਰ ਪਰਮਿੰਦਰ ਸਿੰਘ ਢੀਂਡਸਾ। ਤੁਸੀਂ ਦੇਖ ਰਹੇ ਹੋ ਕਿ ਤੁਹਾਡੇ ਦਫ਼ਤਰ ਦੇ ਮੂਹਰੇ ਮੰਡੀ ਹੈ ਜੀ, ਕਿਸਾਨ ਰੁੜ ਰਿਹਾ, ਕਿਸਾਨ ਮਰ ਰਿਹਾ, ਕਿਸਾਨ ਆਤਮ ਹੱਤਿਆ ਕਰ ਰਿਹਾ ਕਾਂਗਰਸ ਦੇ ਰਾਜ ਦੇ ਵਿੱਚ, ਤੁਸੀਂ ਕੀ ਕਹਿਣਾ ਚਾਹੁੰਦੇ? ਦੇਖੋ, ਇਹਨਾਂ ਦੀ ਜਿਹੜੀ ਕਾਂਗਰਸ ਦੀ ਪ੍ਰਵਿਰਤੀ ਹੈ ਉਹ ਰਾਜਾ ਪ੍ਰਵਿਰਤੀ ਹੈ। ਉਹਨਾਂ ਨੇ 10 ਵਜੇ ਉੱਠਣਾ ਹੈ, 11 ਵਜੇ ਤੱਕ ਉਹਨਾਂ ਦੀ ਜਿਹੜੀ ਆਪਦੀ ਤਿਆਰੀ ਪ੍ਰਤਿਆਰੀ ਹੁੰਦੀ ਹੈ, 12 1 ਵਜੇ ਨਿਕਲਦੇ ਨੇ, 1-2 ਵਜੇ ਨੂੰ ਉਹਨਾਂ ਨੇ ਫਿਰ ਆਪਣੇ ਮਹਿਲਾਂ 'ਚ ਜਾਣਾ ਹੁੰਦਾ। ਇਸ ਕਰਕੇ ਜਿਹੜੀ ਜ਼ਿਮੀਂਦਾਰ ਦੀ ਦੁਰਦਸ਼ਾ ਹੈ, ਵਪਾਰੀ ਦੀ ਦੁਰਦਸ਼ਾ ਹੈ, ਇੱਕ ਮਤਲਬ ਗਰੀਬ ਦੀ ਦੁਰਦਸ਼ਾ ਹੈ, ਉਹਨਾਂ ਦੇ ਰਾਜ ਦੇ ਵਿੱਚ ਕੋਈ ਅੱਜ ਨਹੀਂ, ਇਹਨਾਂ ਦੇ ਰਾਜ ਦੇ ਵਿੱਚ ਪਹਿਲਾਂ ਤੋਂ ਹੀ ਹੁੰਦੀ ਆਈ ਹੈ। ਔਰ ਪਰ ਫਿਰ ਇਸ ਵਾਰ ਇਹਨਾਂ ਨੇ ਬੜਾ ਵੱਡਾ ਜਿਹੜਾ ਝੂਠ ਬੋਲ ਕੇ ਇਹ ਰਾਜ ਲਿਆਂਦਾ, ਇਸ ਤੋਂ ਬਾਅਦ ਇਹ ਤਰਸਣਗੇ, ਇਹਨਾਂ ਦਾ ਕਦੇ ਰਾਜ ਨਹੀਂ ਆਊਗਾ। ESCOM awarded for India's best IMEX business partner 2017-18 for British Council Platinum Plus partner 2017-18 Pearson PTE Academic Platinum certification 2019-2020 Cambridge University Press certified partner 2019-2020 courses available IELTS PTE CD IELTS CLPIP Basic Spoken